ਆਵੋ ਸਿੱਖ ਸਤਿਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੇ ਬਾਣੀ ਆ ਸਿਰ ਬਾਣੀ ਜਿਨ ਕੋ ਨਾਦਰ ਕਰਮ ਹੋਵੇ ਹਿਰਦੈ ਤਿਨਾ ਸਮਾਣੀ ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ ਜਪਿਓ ਸਾਰੰਗ ਪਾਣੀ ਕਹਿ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹਿ ਸੇਵਕ ਜਨ ਮਾਨੈ ਪ੍ਰਤਖ ਗੁਰੂ ਨਿਸਤਾਰੇ ਗੁਰ ਦਰਸ਼ ਜੈ ਦੇਖਣਾ ਸ੍ਰੀ ਗ੍ਰੰਥ ਦਰਸਾਈ ਵਾਤ ਕਰਨ ਗੁਰ ਸਹਿ ਚਾਹੈ ਪੜੈ ਗ੍ਰੰਥ ਮਨ ਲਾਈ ਜੁਗੋ ਜੁਗ ਅਟਲ ਚਬਰਾ ਛਤਰ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਹਜ਼ੂਰੀ ਅੰਦਰ ਬਿਰਾਜਮਾਨ ਗੁਰੂ ਕੇ ਸਾਜੇ ਨਵਾਜੇ ਸਾਧ ਸੰਗਤ ਆਪ ਬੜੇ ਹੀ ਬੜਭਾਗੇ ਹੋ ਜਿੱਥੇ ਕਈ ਰੋਜ਼ ਤੋਂ ਇਹ ਗੁਰਮਤਿ ਸਮਾਗਮ ਮੇਰੇ ਜਾਗਤ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੇ ਮੁਬਾਰਕ ਚਰਨ ਛੋਹ ਧਰਤੀ ਉੱਤੇ ਔਰ ਸ਼ੁਰੂ ਹੋਇਆ ਹੋਇਆ ਹੈ। ਅੱਜ ਅਖੀਰ ਦਾ ਦੀਵਾਨ ਹੈ ਜੋ ਪਰਸੋਂ ਤੋਂ ਲੈ ਕੇ ਅਲਾਹੀ ਰੱਬੇ ਬਾਣੀ ਦੇ ਸ੍ਰੀ ਅਖੰਡ ਪਾਠ ਸਾਹਿਬਾਨਾਂ ਦੇ ਭੋਗ ਉਪਰੰਤ ਖੁੱਲ੍ਹੇ ਦੀਵਾਨਾਂ 'ਚ ਸਤਿਗੁਰੂ ਸਾਹਿਬ ਪਾਤਸ਼ਾਹ ਮਹਾਰਾਜ ਜੀ ਦਾ ਪਵਨ ਪ੍ਰਕਾਸ਼ ਔਰ ਸਟੇਜ ਦੀ ਪਰੰਪਰਾ ਅਨੁਸਾਰ ਗੁਰੂ ਘਰ ਦੇ ਕੀਰਤਨੀਆਂ ਨੇ ਅੰਮ੍ਰਿਤਮਈ ਬਾਣੀ ਦਾ ਕੀਰਤਨ ਕਰਕੇ ਨਿਹਾਲ ਕੀਤਾ। ਆਓ ਇੱਕ ਵਾਰ ਇੱਕ ਕਵੀ ਕਹਿੰਦਾ ਖੁਦਾ ਕਾ ਨਾਮ ਲੈਣੇ ਸੇ ਤਕਦੀਰ ਬਦਲ ਜਾਤੀ ਹੈ, ਖੁਦਾ ਕਾ ਨਾਮ ਲੈਣੇ ਸੇ ਤਕਦੀਰ ਬਦਲ ਜਾਤੀ ਹੈ, ਲੇਕਿਨ ਇਨਸਾਨ ਤੋਂ ਸੀਸਾ ਤੋਂ ਬੋਈ ਹੁੰਦਾ ਹੈ ਤਸਵੀਰ ਬਦਲ ਜਾਤੀ ਹੈ। ਇੱਕ ਵਾਰ ਮੇਰੇ ਗੁਰਦੇਵ ਪਾਤਸ਼ਾਹ ਜੀ ਦੇ ਮੁਬਾਰਕ ਚਰਨਾਂ ਵਿੱਚ ਜੁੜੀਏ, ਆਪਣੀ ਰਸਨਾ ਨੂੰ ਕਰੀਏ ਪਵਿੱਤਰ ਅਤੇ ਆਪਸ ਵਿੱਚ ਮਿਲ ਕੇ ਸਹਿਬ ਪਾਤਸ਼ਾਹ ਜੀ ਦੇ ਬਖਸ਼ਿਸ਼ ਕੀਤੀ ਹੋਏ ਫਤਿਹ ਦੀ ਸਾਂਝ ਪਾਈਏ ਜੀ, ਗੱਜ ਕੇ ਆਖੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਮੇਰੇ ਅੰਮ੍ਰਿਤ ਦੇ ਦਾਤੇ ਪੰਥ ਦੇ ਵਾਲੇ ਕਿਹੜੇ ਕਿਹੜੇ ਨਾਵਾਂ ਨਾਲ ਜੇ ਮੁਹੰਮਦ ਲਤੀਫ ਮੇਰੇ ਪਾਤਸ਼ਾਹ ਜੀ ਦੀ ਮਹਿਮਾ ਵਡਿਆਈ ਤਰੀਫ਼ ਲਿਖਣੀ ਚਾਹੀ ਕਲਮ ਰੁਕ ਗਈ, ਭੂਮਿਕਾ ਲਿਖਣ ਲੱਗਿਆ ਰੁਕ ਗਿਆ ਕਿ ਮੈਂ ਉਸ ਦੇ ਕਿਹੜੇ ਕਿਹੜੇ ਗੁਣਾਂ ਦੇ ਕਿਹੜੇ ਕਿਹੜੇ ਨਾਮਾਂ ਦੀ ਸਿਫਤ ਸਲਾਹ ਕਰਾਂ। ਉਹਦੇ ਹੱਥ ਵਿੱਚ ਤੇਗ ਹੈ, ਸ਼ਮਸ਼ੀਰ ਹੈ, ਇੱਕ ਸਿਪਾਹੀ ਹੈ ਔਰ ਸਿੰਘਾਸਨ ਤੇ ਚੌਂਕੀ ਤੇ ਵਿਰਾਜਮਾਨ ਹੈ, ਪ੍ਰਸਾਦੇ ਹਾਥੀ ਚਵਰ ਕਰ ਰਿਹਾ, ਕਲਗੀ ਲੱਗੀ ਹੈ, ਵਾਜ ਹੈ, ਤਾਜ ਹੈ, ਇੱਕ ਬਾਦਸ਼ਾਹ ਨਜ਼ਰ ਆ ਰਿਹਾ। ਔਰ ਜੇ ਮੈਂ ਉਹ ਮਹਾਨ ਪਵਿੱਤਰ ਧਰਤੀ ਜਿਸ ਧਰਤੀ ਨੂੰ ਪਾਤਸ਼ਾਹ ਜੀ ਨੇ ਵਰਸੋਇਆ ਪੌਂਟਾ ਸਾਹਿਬ ਜਿੱਥੇ ਸਹਿਬ ਦੇ ਪਵਨ ਦਰਬਾਰ ਅੰਦਰ ਤਕਰੀਬਨ 52 ਕਵੀ ਸੁਭਾਏ ਮਾਨ ਨੇ ਕਾਵਿ ਰਚਨਾ ਗੁਰਬਾਣੀ ਗਾਇਨ ਹੋ ਰਹੀ ਹੈ, ਲਿਖੀ ਜਾ ਰਹੀ ਹੈ, ਇੱਕ ਕਵੀ ਨਜ਼ਰ ਆ ਰਿਹਾ ਮੁਹੰਮਦ ਲਤੀਫ ਕਹਿੰਦਾ ਜੇ ਮੈਂ ਅਗਾਂ ਨਿਗਾਂ ਮਾਰਾਂ ਪਲਾਂਘ ਪੁੱਟਾਂ ਉਹ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਬਣਨ ਦੀ ਤ੍ਰਾਸਦੀ ਸਾਂਘ ਵਿੱਚ ਹੈ,
ਕਿਉਂਕਿ ਅੰਮ੍ਰਿਤ ਦੇ ਦਾਤੇ ਪੰਥ ਦੇ ਬਾਲੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜੋ ਸਾਨੂੰ ਇੱਕ ਨਵਾਂ ਪਲੇਟਫਾਰਮ, ਇੱਕ ਨਵੀਂ ਪਰੰਪਰਾਵਾਂ, ਇੱਕ ਨਵਾਂ ਸਿਧਾਂਤ। ਕੱਲ੍ਹ ਮੈਨੂੰ ਇੱਕ ਸੱਜਣ ਨੇ ਸਵਾਲ ਕੀਤਾ, ਬਾਬਾ ਜੀ ਕਿਉਂਕਿ ਅਸੀਂ ਇੱਥੇ ਹਰੇਕ ਧਰਮ ਨਾਲ, ਹਰੇਕ ਮਜ਼ਹਬ ਨਾਲ, ਫਿਰਕੇ ਦੇ ਨਾਲ ਸੰਬੰਧਿਤ ਇਸ ਧਰਤੀ ਤੇ ਸਹਾਏ ਮਾਨ ਆ। ਪ੍ਰੋਫੈਸਰ ਪੂਰਨ ਸਿੰਘ ਦੇ ਵਚਨ ਨੇ, ਪ੍ਰੋਫੈਸਰ ਪੂਰਨ ਸਿੰਘ ਲਿਖਦਾ ਹੈ, ਇਹ ਪੰਜਾਬ ਜੀਂਦਾ ਗੁਰਾਂ ਦੇ ਨਾਂ ਤੇ। ਇਹ ਪੰਜਾਬ ਦੀ ਧਰਤੀ ਉਹ ਗੁਰੂ ਸਾਹਿਬਾਨਾਂ ਦੇ ਮੁਬਾਰਕ ਚਰਨਾਂ ਨਾਲ ਰਤੀ ਹੋਈ, ਔਰ ਪਾਤਸ਼ਾਹ ਜੀਆਂ ਨੇ ਰਹਿਮਤਾਂ ਬਖਸ਼ਿਸ਼ਾਂ ਕੀਤੀਆਂ ਨਾਲ ਨਾਲ, ਕਿਉਂਕਿ ਜਿਹੜੇ ਇਹ ਸਾਡੇ ਜੋੜ ਮੇਲੇ ਨੇ, ਜਿਵੇਂ ਪਿੱਛੇ ਜੇ ਦਸ ਨੂੰ ਅੱਜ ਤੋਂ 10-12 ਸਾਲ ਪਹਿਲਾਂ ਨਾ ਇੱਕ ਮਹਾਤਮਾ ਜੀ ਮਿਲੇ, ਸੁਭਾਵਿਕ ਅਚਾਨਕ ਰਸਤੇ ਦੇ ਅੰਦਰ ਮਹਾਤਮਾ ਜੀ ਨੂੰ ਪੁੱਛਿਆ, ਬਾਬਾ ਜੀ ਕਿੱਥੋਂ ਆਏ ਹੋ? ਕਹਿੰਦੇ ਭਗਤਾ ਮੈਂ ਕੁੰਭ ਦੇ ਮੇਲੇ ਤੋਂ ਆਇਆ। ਮਾਂ ਬਾਬਾ ਜੀ ਮੈਂ ਜਾਚਣਾ ਚਾਹੁੰਦਾ, ਤੁਹਾਨੂੰ ਪੁੱਛਣਾ ਚਾਹੁੰਦਾ ਵੀ ਕੁੰਭ ਦਾ ਮੇਲਾ ਲੱਗਦਾ ਕਿਉਂ ਹੈ? ਦੇਖੋ ਅੱਜ ਅਸੀਂ ਹੋਲੇ ਮਹੱਲੇ ਦਾ, ਬੇਸ਼ੱਕ ਸ੍ਰੀ ਅਨੰਦਪੁਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ, ਜਿਸ ਧਰਤੀ ਨੂੰ ਮੇਰੇ ਨੌਵੇਂ ਗੁਰਦੇਵ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ 19 ਜੂਨ 1665 ਨੂੰ ਪਹਿਲਾ ਟੱਪਾ ਬਾਬਾ ਗੁਰਦਿੱਤਾ ਜੀ, ਜਿਹੜੇ ਬਾਬਾ ਬੁੱਢਾ ਜੀ ਦੀ ਵਿਰਾਸਤ ਹੋਏ ਨੇ, ਜਿਨ੍ਹਾਂ ਨੂੰ ਮਾਣ ਮਿਲਿਆ, ਵਡਿਆਈ ਮਿਲੀ, ਔਰ ਜਿਹਦਾ ਨਾਂ ਰੱਖਿਆ ਮੇਰੇ ਨੌਵੇਂ ਗੁਰਦੇਵ ਪਾਤਸ਼ਾਹ ਨੇ ਮਾਤਾ ਨਾਨਕੀ ਚੱਕ। ਔਰ ਐਸੇ ਕਰਕੇ ਮਹਾਤਮਾ ਜੀ ਮੈਂ ਜਾਚਣਾ ਚਾਹੁੰਦਾ ਵੀ ਕੁੰਭ ਦਾ ਮੇਲਾ ਲੱਗਦਾ ਕਿਉਂ ਹੈ? ਦੇਖੋ ਅੱਜ ਸਾਨੂੰ ਕੋਈ ਸਵਾਲ ਕਰੇ ਵੀ ਅੱਜ ਹੋਲੇ ਮਹੱਲੇ ਦੇ ਔਰ ਦੇਸਾਂ ਵਿਦੇਸਾਂ ਦੇ ਅੰਦਰ, ਬੇਸ਼ੱਕ ਅਸੀਂ ਸਰੀਰ ਕਰਕੇ ਪਰ ਸਾਡੀ ਸੁਰਤ, ਸਾਡਾ ਧਿਆਨ ਉਹ ਪਾਤਸ਼ਾਹ ਮਹਾਰਾਜ ਨੇ ਜਿੱਥੇ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਇੱਕ ਨਵਾਂ ਪਲੇਟਫਾਰਮ ਔਰ ਨਵੀਂ ਦਿੱਖ, ਇੱਕ ਨਵਾਂ ਰੂਪ ਆਪਣੇ ਖਾਲਸੇ ਨੂੰ ਇਸ ਦਿਨ ਦਾ, ਇਸ ਹੋਲੇ ਤੋਂ ਹੋਲਾ ਮਹੱਲਾ ਕਿਵੇਂ ਸਿਸਟਮ ਨੂੰ ਚੇਂਜ ਕੀਤਾ, ਕਿਉਂਕਿ ਮਨੂ ਦੀ ਸੋਚ ਸੀ। ਰਮਾਇਣ ਦੇ ਅਧਿਆਏ ਚ ਲਿਖਦਾ, ਢੋਰ ਗੁਵਾਰ ਨਾਰੀ ਸੂਦਰ ਪਸ਼ੂ ਜੈ ਪਾਂਚੋ ਤਾੜਨ ਕੇ ਅਧਿਕਾਰੀ। ਅਥਾਰਟੀ ਨਹੀਂ ਸੀ, ਕੋਈ ਹੱਕ ਨਹੀਂ ਸੀ ਕਿ ਕੋਈ ਪਿੱਪਲ ਦੀ ਪੂਜਾ ਕਰ ਸਕਦਾ, ਕੋਈ ਪਿੱਪਲ ਚ ਪਾਣੀ ਪਾ ਸਕਦਾ, ਕੋਈ ਗੰਗਾ ਜਾ ਕੇ ਇਸ਼ਨਾਨ ਕਰ ਸਕਦਾ, ਕੋਈ ਗਾਇਤਰੀ ਦਾ ਪਾਠ ਕਰ ਸਕਦਾ। ਬੰਦਸ਼ਾਂ ਸਨ, ਕਿਉਂਕਿ ਬੜੇ ਡਿਟੇਲ ਨਾਲ ਮੇਰੇ ਪਾਤਸ਼ਾਹ ਮਹਾਰਾਜ ਜੀ ਨੇ ਜਿਹਨਾਂ ਭਗਤਾਂ ਸਾਹਿਬਾਨਾਂ ਦੇ ਬਾਣੀ ਨੂੰ ਸੁਧਾਲਿਆ, ਔਰ ਪਾਤਸ਼ਾਹ ਮਹਾਰਾਜ ਜੀ ਨੇ ਭਾਈ ਸਾਹਿਬ ਭਾਈ ਗੁਰਦਾਸ ਜੀ ਤੋਂ ਇੱਕ ਕਾਰਜ ਸੰਪੰਨ ਕਰਾਇਆ, ਜਿਨ੍ਹਾਂ ਨੂੰ ਅਥਾਰਟੀ ਨਹੀਂ ਸੀ, ਅਧਿਕਾਰ ਨਹੀਂ ਸੀ। ਦੇਖੋ ਇਹੋ ਜਿਹਾ ਧੱਕਾ ਲਾ ਲਓ, ਜ਼ੁਲਮ ਲਾ ਲਓ, ਬਖਰੇਵਾਂ ਲਾ ਲਓ, ਵੰਡੀਆਂ ਲਾ ਲਓ, ਕਿ ਸਾਡੇ ਇਹਨਾਂ ਦਿਨਾਂ ਤਿਉਹਾਰਾਂ ਨੂੰ ਵੀ ਵੰਡਿਆ ਹੋਇਆ ਸੀ। ਅੱਜ ਵੀ ਬਹੁਤ ਆਤ ਆਪਾਂ ਕਈ ਵਾਰ ਮਾਧਿਅਮ ਦੇ ਮੀਡੀਅਮ ਦੇ ਰਾਹੀਂ ਵੇਖਦੇ ਹਾਂ, ਉੱਤਰ ਪ੍ਰਦੇਸ਼ ਦੇ ਅੰਦਰ ਬੇਸ਼ੱਕ ਬਹੁਤ ਆਦਿ ਕੇਂਦਰੀ ਤੀਰਥ ਸਥਾਨ ਹੈ, ਜਿਨ੍ਹਾਂ ਇਸ ਜੋੜ ਮੇਲੇ ਨੂੰ ਇੱਕ ਵੱਖਰੀ ਦਿੱਖ ਨਾਲ, ਇੱਕ ਵੱਖਰੇ ਰੂਪ ਨਾਲ ਮਨਾਇਆ ਜਾਂਦਾ ਹੈ, ਪਰ ਜਿਨ੍ਹਾਂ ਦੇ ਅੰਦਰ ਪੁਰਾਣੀਆਂ ਪਿਰਤਾਂ, ਪੁਰਾਣੇ ਰੀਤ, ਪੁਰਾਣੇ ਸੰਸਕਾਰ ਗ੍ਰਹਿਣ ਕਰਕੇ ਨਾ, ਉਹ ਕੁਝ ਉਹ ਪਰੰਪਰਾਵਾਂ
ਅਨੁਸਾਰ ਮਨਾਉਂਦੇ ਨੇ, ਕਿਵੇਂ ਸਵਾਹ ਸੁੱਟਣੇ, ਚਿੱਕੜ ਸਿੱਟਣਾ, ਬੇਸ਼ੱਕ ਰੰਗ ਵੀ ਸਿੱਟਣਾ। ਪਰ ਮੇਰੇ ਪਾਤਸ਼ਾਹ ਮਹਾਰਾਜ ਜੀ ਨੇ ਦੇਖੋ, ਬ੍ਰਾਹਮਣ ਮਨੂ ਦੀ ਸੋਚ ਸੀ, ਵਿਸਾਖੀ ਸੀ ਨਾ ਜਿਹੜੀ, ਜਿਹਦੇ ਅੰਦਰ ਹਰੇਕ ਕੋਲ ਧਨ ਦੌਲਤ ਸਰਮਾਇਆ ਆਪਣੇ ਕੋਲ ਰੱਖ ਲਈ, ਇਸ ਵਿਸਾਖੀ ਤੇ ਗੰਗਾ ਇਸ਼ਨਾਨ ਕਰਨਾ, ਦਾਨ ਪੁੰਨ ਕਰਨਾ, ਜਾ ਕੇ ਹੋਰ ਕਿਰਿਆ ਕਰਮ ਕਰਨਾ, ਇਹ ਕੇਵਲ ਆਉਣ ਲਈ ਬ੍ਰਾਹਮਣ ਦੇ ਹਿੱਸੇ ਸੀ, ਅਥੋਰਿਟੀ ਸੀ, ਅਧਿਕਾਰ ਸੀ। ਇਹ ਤਾਂ ਪਾਤਸ਼ਾਹ ਮਹਾਰਾਜ ਜੀ ਦੀ ਬਖਸ਼ਿਸ਼ ਕਿਰਪਾ ਰਹਿਮਤ ਹੋ ਗਈ। ਜਿੱਥੇ ਦੇਖੋ ਕੁਦਰਤ ਦੇ ਕਰਤਾ ਨੇ, ਮੇਰੇ ਪਾਤਸ਼ਾਹ ਜੀ ਦੇ ਪਿਆਰੇ ਬਚਨ ਨੇ, ਬਾਬਾ ਜੀ ਤਾਂ ਕਹਿੰਦੇ, ਕੀਤਾ ਪਸਾਓ ਇੱਕੋ ਕਵਾਓ, ਤਿਸ ਤੈ ਹੋਵੇ ਲੱਖ ਦਰਿਆਓ। ਇਸ ਸ੍ਰਿਸ਼ਟੀ ਨੂੰ ਜਿਸ ਤਰ੍ਹਾਂ ਮੇਰੇ ਧੰਨ ਪਾਤਸ਼ਾਹ ਮਹਾਰਾਜ ਜੀ ਨੇ ਰੁਕਬ ਦੀਨ ਕਾਜੀ ਜਿਹੜਾ ਕਹਿ ਰਿਹਾ ਸੀ, ਤੁਸੀਂ ਕਾਫਰੋ ਖੁਦਾ ਹੈ, ਮੇਰੇ ਸਾਹਿਬ ਦਾ ਸਵਾਲ ਸੀ ਨਾ, ਤੁਹਾਡਾ ਨਿਸ਼ਚੈ, ਤੁਹਾਡਾ ਵਿਸ਼ਵਾਸ ਹੈ, ਤੁਹਾਡਾ ਖੁਦਾ ਹੈ ਇਸ ਦਿਸ਼ਾ ਦੇ ਵੱਲ, ਪਰ ਆ ਜਿਹੜਾ ਦੂਸਰਾ ਸਾਰਾ ਪ੍ਰਕਿਰਤੀ ਦਾ ਔਰ ਸਾਰਾ ਬ੍ਰਹਿਮੰਡ ਹੈ, ਸਾਰੇ ਪ੍ਰਕਿਰਤੀ ਹੈ, ਬਨਸਪਤੀ ਹੈ, ਇਹ ਫਿਰ ਕਿਸੇ ਖੁਦਾ ਨੇ ਹੋਰ ਬਣਾਈ ਹੋਵੇਗੀ? ਤੁਸੀਂ ਕਹਿ ਰਹੇ ਹੋ ਸਾਡਾ ਖੁਦਾ ਹੈ ਇਸ ਪਾਸੇ, ਅੱਜ ਵੀ ਅਗਿਆਨਤਾ ਕਰਕੇ ਕੋਈ ਪਿੱਪਲ ਚ ਪਾਣੀ ਪਾ ਰਿਹਾ, ਕੋਈ ਕਿੱਕਰ ਨੂੰ ਪੂਜੀ ਜਾ ਰਿਹਾ, ਕੋਈ ਹਰਾ ਕੱਪੜਾ ਚੱਕੀ ਫਿਰਦਾ, ਕੋਈ ਲਾਲ ਚੱਕੀ ਫਿਰਦਾ, ਕੋਈ ਲਹਿੰਦੇ ਵੱਲ ਲੋਟਾ ਚੱਕ ਕੇ ਪਾਣੀ ਦੇ ਰਿਹਾ, ਕੋਈ ਚੜ੍ਹਦੇ ਵੱਲ ਪਾਣੀ ਦੇ ਰਿਹਾ। ਦੇਖੋ ਸਾਹਿਬ ਪਾਤਸ਼ਾਹ ਮਹਾਰਾਜ ਜੀ ਦਾ ਸਵਾਲ ਸੀ, ਤੁਸੀਂ ਕਹਿ ਰਹੇ ਹੋ ਤੁਹਾਡੇ ਨਾਲ ਸਹਿਮਤ ਆ, ਮੇਰੇ ਗੁਰਦੇਵ ਪਾਤਸ਼ਾਹ ਜੀ ਕਹਿੰਦੇ, ਪਰ ਸਵਾਲ ਹੈ ਆ ਜਿਹੜਾ ਬ੍ਰਹਿਮੰਡ ਦਾ ਪਸਾਰਾ ਹੈ ਨਾ ਦੂਸਰੇ ਦੇਸ਼ਾਂ 'ਚ, ਫਿਰ ਕਿਸੇ ਖੁਦਾ ਨੇ ਹੋਰ ਬਣਾਇਆ ਹੋਵੇਗਾ? ਕਾਜੀ ਕਹਿੰਦਾ, ਤੁਸੀਂ ਕਾਫਰੋ, ਖੁਦਾ ਇੱਕ ਹੈ, ਇੱਕ ਹੈ। ਮੇਰੇ ਸਾਹਿਬ ਦੇ ਪਿਆਰੇ ਬਚਨ ਹੈ, ਰੋਜ਼ਾਨਾ ਆਪਾਂ ਪੜ੍ਹਦੇ ਹਾਂ, ਮੇਰੇ ਗੁਰਦੇਵ ਪਾਤਸ਼ਾਹ ਮਹਾਰਾਜ ਜੀ ਕਹਿੰਦੇ, ਏਕਾ ਬਾਣੀ ਇੱਕ ਗੋਰਾ, ਇੱਕੋ ਸ਼ਬਦ ਵਿਚਾਰ, ਵਾਹ ਵਾਹ ਬਾਣੀ ਨਿਰੰਕਾਰ ਹੈ, ਤਿਸ ਜੇਵੜ ਅਵਰ ਨਾ ਕੋਈ ਰਾਖਾ, ਏਕ ਹਮਾਰਾ ਸਮਾਮੀ ਸਗਲ ਘਟਾਕਾ ਅੰਤਰ ਜਾਮੀ। ਹੁਣ ਦੇਖੋ ਪਾਤਸ਼ਾਹ ਮਹਾਰਾਜ ਜੀ ਨੇ ਜਿੱਥੇ ਛੱਤਰੀ ਦਾ ਦੁਸਹਿਰਾ, ਵੈਸ ਦਾ ਦੀਵਾਲੀ, ਇਹ ਕਿਹਦੇ ਖਿੱਤੇ ਆਇਆ, ਕਿਹਨੂੰ ਵੰਡ ਕੇ ਦਿੱਤਾ? ਸੂਦਰ ਨੂੰ। ਸੂਦਰ ਨੂੰ ਪ੍ਰਕਿਰਤੀ ਨੇ, ਬਨਸਪਤੀ ਨੇ, ਦਿਨ ਰਹਿਣ ਬ੍ਰਹਿਮੰਡ ਸਾਰਾ ਸੰਸਾਰ ਉਸ ਪਰਮੇਸ਼ਰ ਪਰਮਾਤਮਾ ਦੇ ਔਰ ਸਿਸਟਮ ਭੈ ਵਿੱਚ ਚੱਲ ਰਿਹਾ ਹੈ, ਭੈ ਵਿੱਚ ਚੱਲ ਰਿਹਾ ਹੈ। ਸਹਿਬਾ ਨੇ ਗੁਰੂ ਕੀ ਬਾਣੀ ਅੰਦਰ ਸਾਰਾ ਨਿਰਣਾ ਕੀਤਾ ਹੈ, ਪਰ ਉੱਥੇ ਇਹਨਾਂ ਦਿਨਾਂ ਨੂੰ, ਇਹਨਾਂ ਤਿਉਹਾਰਾਂ ਨੂੰ, ਇਸ ਸਿਸਟਮ ਨੂੰ ਵੰਡਿਆ ਹੋਇਆ ਸੀ, ਪਰ ਮੇਰੇ ਧੰਨ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਜੀ ਨੇ ਖਾਲਸਾ ਪੰਥ ਦੀ ਸਿਰਜਣਾ ਤੋਂ ਬਾਅਦ, ਕਿਉਂਕਿ ਅੱਜ ਤੱਕ ਇਹ ਮਿਸਾਲ ਹੈ ਨੀ, ਜਿਹੜਾ ਹਮੇਸ਼ਾ ਗੁਰੂ ਗੁਰੂ ਹੀ ਰਿਹਾ ਸੀ, ਜਿਹੜਾ ਚੇਲਾ ਚੇਲਾ ਹੀ ਰਿਹਾ ਸੀ, ਕਿਸੇ ਗੁਰੂ ਰਹਿਬਰ ਨੇ ਆਪਣੇ ਸ਼ਿਸ਼ ਨੂੰ ਆਪਣੇ ਵਰਗੇ ਕੋਈ ਸ਼ਾਸਤਰ ਵਿਦਿਆ ਦੇ ਦਿੱਤੀ ਹੋਵੇਗੀ, ਆਪਣੇ ਵਰਗਾ ਕੋਈ ਹੋਰ ਹੁਨਰ ਤਜਰਬਾ ਦੇ ਦਿੱਤਾ ਹੋਵੇਗਾ, ਪਰ ਆਪਣੀ ਸ਼ਕਲ ਨਹੀਂ ਦੇ ਸਕਿਆ, ਆਪਣਾ ਰੂਪ ਨਹੀਂ ਦੇ ਸਕਿਆ। ਇਹ ਮੇਰੇ ਪਾਤਸ਼ਾਹ ਅੰਮ੍ਰਿਤ ਦੇ ਦਾਤੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਬਖਸ਼ਿਸ਼ ਰਹਿਮਤ ਸੀ। ਉਸ ਉਪਰੰਤ ਹੀ, ਕਿਉਂਕਿ ਹੁਣ ਜੇ ਵਿਦਿਆਰਥੀ ਸਵਾਲ ਕਰੇ, ਬਾਬਾ ਇਹ ਤਾਂ ਧਰੋਹ ਪ੍ਰਹਲਾਦ ਹਰਨਾਖਸ ਤੋਂ ਹੋਲੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ, ਇਹ ਦਿਨ ਮਨਾਇਆ ਜਾ ਰਿਹਾ ਹੈ, ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ 17ਵੀਂ ਸਦੀ ਦੇ ਅੰਦਰ ਇਸ ਸਿਸਟਮ ਨੂੰ ਇੱਕ ਨਵੀਂ ਤਕਨੀਕ ਦੇ ਦਿੱਤੀ, ਇੱਕ ਨਵੀਂ ਦਿਸ਼ਾ ਬਦਲ ਦਿੱਤੀ। ਕੀ ਲੋੜ ਸੀ, ਕਾਰਨ ਸੀ, ਪਾਤਸ਼ਾਹ ਨੇ ਕਿਹੜਾ ਕੋਈ ਦਰਿਆਵੀ ਰੰਗ ਚਾੜਿਆ,
ਜਿਹੜਾ ਅੱਜ ਛਿੜਕਿਆ ਜਾਵੇਗਾ, ਸਵਾਹ ਪਾਈ ਜਾਵੇਗੀ, ਰੰਗ ਛਿੜਕਿਆ ਜਾਵੇਗਾ, ਜਿਹਨਾਂ ਵਸਤਰਾਂ ਨੂੰ ਸਾਫ ਕਰ ਲੈਂਦਾ ਹੈ। ਪਰ ਮੇਰੇ ਗੁਰਦੇਵ ਪਾਤਸ਼ਾਹ ਜੀ ਨੇ ਖਾਲਸਾ ਪੰਥ ਨੂੰ ਕਿਹੋ ਜਿਹਾ ਰੰਗ ਚਾੜਿਆ, ਜਿਹੜਾ ਸਦੀਵ ਹੈ, ਅਟਲ ਹੈ, ਜਿਹੜਾ ਜੁਗਾਂ ਤੱਕ ਨਹੀਂ ਉਤਰੇਗਾ। ਕਿਉਂਕਿ ਹਰਨਾਕਸ ਹਰ ਯੁਗ ਯੁਗ ਭਗਤੋ ਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਮੇਰੇ ਸਹਿਬ ਪਾਤਸ਼ਾਹ ਮਹਾਰਾਜ ਜੀ ਦੇ ਪਵਨ ਬਚਨ ਰੋਜ਼ਾਨਾ ਆਪਾਂ ਸੰਧਿਆ ਦੇ ਸਮੇਂ ਸਰਵਣ ਕਰਦੇ ਹਾਂ, ਜੋ ਹਮੇਸ਼ਾ ਮੇਰੇ ਧੰਨ ਗੁਰੂ ਪਾਤਸ਼ਾਹ ਔਰ ਆਪਣੇ ਭਗਤਾਂ ਦੀ ਪੈਜ ਪੱਤ ਇੱਜ਼ਤ ਹਮੇਸ਼ਾ ਰੱਖਦੇ ਆਏ ਨੇ। ਪਾਤਸ਼ਾਹ ਜੀ ਅੱਗੇ ਕਹਿੰਦੇ ਨੇ ਹੰਕਾਰੀਆ ਨਿੰਦਕਾਂ ਪਿੱਠ, ਕਿਉਂਕਿ ਗੁਰੂ ਨਾਨਕ ਦੇ ਘਰ ਅੰਦਰ ਥਾਂ ਨਹੀਂ, ਜਗ੍ਹਾ ਨਹੀਂ, ਕੀ ਇਹ ਕੋਈ ਨਕਾ ਨਕ ਹੰਕਾਰ ਨਾਲ ਭਰਿਆ ਹੋਇਆ ਹੈ। ਹੁਣ ਐਸੇ ਕਰਕੇ ਪਾਤਸ਼ਾਹ ਜੀ ਨੇ ਇਸ ਦ੍ਰਿਸ਼ ਨੂੰ, ਇਸ ਤਿਉਹਾਰ ਨੂੰ ਹੋਲਾ ਮਹੱਲਾ ਮਹੱਲੇ ਦਾ ਭਾਵ ਦੋ ਸੈਨਿਕ ਟੁਕੜੀਆਂ ਬਣਾ ਕੇ ਔਰ ਆਪਸ ਦੇ ਵਿੱਚ ਉਹਨਾਂ ਦੇ ਮੁਕਾਬਲੇ ਕਰਾਉਣੇ, ਕਿਉਂਕਿ ਸਮੇਂ ਦੀ ਨਜ਼ਾਕਤ, ਸਮੇਂ ਦਾ ਹਾਣੀ ਹੋਣਾ ਆਪਾਂ ਵੇਖਦੇ ਹਾਂ ਨਾ। ਜੇ ਆਪਾਂ ਸਮੇਂ ਨਾਲੋਂ ਵਿਕਾਸਸ਼ੀਲ ਦੇਸ਼ਾਂ ਦੀ ਅੱਜ ਆਪਾਂ ਗੱਲ ਕਰਦੇ ਹਾਂ, ਜਿਹਨਾਂ ਦੀਆਂ ਅਗਾਹ ਬਾਹੋ ਸੋਚਾਂ ਨੇ ਵਿਚਾਰਾਂ ਨੇ ਵੀ ਆਪਾਂ ਸਮੇਂ ਦੇ ਹਾਣੀ ਹੋਈਏ, ਕਿਉਂਕਿ ਇਸੇ ਕਰਕੇ ਸਮੇਂ ਦੀ ਨਜ਼ਾਕਤ, ਸਮੇਂ ਦੇ ਹਾਲਾਤ ਅਨੁਸਾਰ ਪਾਤਸ਼ਾਹ ਮਹਾਰਾਜ ਜੀ ਨੇ ਇਸ ਤਿਉਹਾਰ ਨੂੰ ਬਦਲਿਆ। ਅੱਜ ਆਪਾਂ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਹੋਵੇ, ਆ ਬੇਸ਼ਕ ਗੁਰੂ ਪਾਤਸ਼ਾਹ ਜੀ ਦੇ ਮੁਬਾਰਕ ਚਰਨ ਛੋਹ ਧਰਤੀ ਹੋਵੇ, ਜਗ੍ਹਾ ਜਗ੍ਹਾ ਇਹ ਹੋਲੇ ਮਹੱਲੇ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਇੱਕ ਕਵੀ ਦੇ ਬਚਨ ਕਹਿ ਕੇ ਮੈਂ ਖਿਮਾ ਚਾਹਾਂਗਾ। ਇੱਕ ਕਵੀ ਕਹਿੰਦਾ, ਉਹ ਕਹਿੰਦਾ, ਜਿਨ ਕੇ ਤੁਮ ਦਿਨ ਮਨਾਤੇ ਹੋ ਉਨਕੀ ਅਰਥਦਾਤ ਕੋ ਸਮਝੋ, ਜਿਨ ਕੇ ਤੁਮ ਦਿਨ ਮਨਾਤੇ ਹੋ ਉਨਕੀ ਬਾਤ ਕੋ ਸਮਝੋ। ਆਓ ਇਹ ਹੋਲੇ ਮਹੱਲੇ ਦਾ ਤਿਉਹਾਰ ਸਾਡੇ ਵਾਸਤੇ ਕੋਈ ਪਿਕਨਿਕ ਦਾ ਸਾਧਨ ਨਹੀਂ, ਕੋਈ ਮਨੋਰੰਜਨ ਦਾ ਸਾਧਨ ਨਹੀਂ। ਅਸੀਂ ਉਹ ਪਾਤਸ਼ਾਹ ਜੀ ਦੀ ਤਕਨੀਕ, ਉਹ ਪਾਤਸ਼ਾਹ ਜੀ ਦਾ ਸੰਦਾਸ, ਜੋ ਮਹਾਬਲੀ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਨੇ ਸਾਨੂੰ ਮੀਰੀ ਪੀਰੀ ਦਾ ਬਖਸ਼ਿਆ ਸੀ, ਭਗਤੀ ਤੇ ਸਖਤੀ ਦਾ ਬਖਸ਼ਿਆ ਸੀ, ਔਰ ਇਸੇ ਤਰ੍ਹਾਂ ਮੇਰੇ ਪਾਤਸ਼ਾਹ ਮਹਾਰਾਜ ਜੀ ਨੇ ਇਸ ਹੋਲੇ ਮਹੱਲੇ ਨੂੰ ਇੱਕ ਨਵੀਂ ਦਿੱਖ ਦਿੱਤੀ, ਇੱਕ ਨਵਾਂ ਪਲੇਟਫਾਰਮ ਤਿਆਰ ਕੀਤਾ। ਆਪਾਂ ਵੇਖਾਂਗੇ ਸਾਡੀਆਂ ਪੁਰਾਣੀਆਂ ਉਹ ਪਰੰਪਰਾਵਾਂ, ਉਹ ਸਾਡੀਆਂ ਰੀਤਾਂ, ਕੱਲ ਨੂੰ ਜਦੋਂ ਮਹੱਲਾ ਨਿਕਲੇਗਾ ਸ਼ਹੀਦੀ ਬਾਗ ਤੱਕ, ਕੇਸਗੜ੍ਹ ਦੇ ਮੈਦਾਨ ਤੋਂ ਸ਼ੁਰੂ ਹੋ ਕੇ, ਤਖ਼ਤ ਸਾਹਿਬ ਤੋਂ ਸ਼ੁਰੂ ਹੋ ਕੇ, ਜਿਸ ਦੇ ਵਿੱਚ ਅੱਜ ਵੀ ਨਿਹੰਗ ਸਿੰਘ ਲਾਡਲੀਆਂ ਫੌਜਾਂ ਉਹ ਆਪਣਾ ਇਤਿਹਾਸ, ਆਪਣੀ ਵਿਰਾਸਤ ਨੂੰ ਸੰਭਾਲਿਆ ਹੋਇਆ ਹੈ। ਇਸ ਕਰਕੇ ਸਮਾਂ ਨੇ ਜਾ ਦਿੰਦਾ, ਕੁਟਾਨ ਕੋਟ ਸ਼ੁਕਰ ਹੈ ਮੇਰੇ ਧੰਨ ਧਾਨਾ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦਾ। ਕਹਿਬੇ ਕੋ ਸੋਭਾ ਨੇ ਦੇਖਾ ਹੀ ਪਰਿਵਾਰ, ਸਾਡੇ ਸਨਮਾਨ ਯੋਗ ਬਾਬਾ ਸੁਖਦੇਵ ਸਿੰਘ ਜੀ ਜਿਹੜੇ ਇੱਥੇ ਮੁੱਖ ਸਵਾਵਾਂ ਨਿਭਾ ਰਹੇ ਨੇ, ਬਾਬਾ ਅਵਤਾਰ ਸਿੰਘ ਜੀ ਮੌੜਾਂ ਵਾਲੇ ਔਰ ਹੋਰ ਬਹੁਤ ਸਾਰੀਆਂ ਸੰਗਤਾਂ ਵੱਲੋਂ ਸਨਮਾਨ ਕੀਤਾ ਗਿਆ, ਇਤਿਹਾਸ ਦਾ ਪਿਆਰ ਬਖਸ਼ਿਆ ਗਿਆ ਹੈ। ਮੈਂ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਨਿਵਾਣਾ ਜਾਂ ਸੇਵਾਦਾਰ ਹੋਣਾ ਤੇ ਅੱਜ ਸਮੁੱਚੀਆਂ ਸੰਗਤਾਂ ਨੂੰ ਹੋਲੇ ਮਹੱਲੇ ਦੀਆਂ ਲੱਖ ਲੱਖ ਵਧਾਈਆਂ ਮੁਬਾਰਕਾਂ ਦਿੰਦਾ ਹਾਂ ਅਤੇ ਬੇਨਤੀ ਕਰਾਂਗਾ ਕਿ ਅੱਜ ਅਸੀਂ ਇਹੋ ਜਿਹਾ ਸੁਨੇਹਾ ਲੈ ਕੇ ਜਾਈਏ ਜਿਹਦੇ ਨਾਲ ਸਾਡੇ ਜੀਵਨ ਵਿੱਚ ਤਬਦੀਲੀ ਆਵੇ ਔਰ ਕਰਵਟ ਆਵੇ। ਅਸੀਂ ਇਹੋ ਜਿਹਾ ਨਾਮ ਦਾ ਰੰਗ ਲੈ ਕੇ ਚੜ੍ਹ ਕੇ ਜਾਈਏ ਸਾਡਾ ਔਰ ਵਿਚਾਰ ਬਦਲੇ, ਸਾਡੀ ਸੋਚ ਬਦਲੇ। ਇਸ ਕਰਕੇ ਦੁਬਾਰਾ ਫੇਰ ਜਿੱਥੇ ਪਾਤਸ਼ਾਹ ਦਾ ਸ਼ੁਕਰ ਪਠਾਨਕੋਟ, ਉੱਥੇ ਸਮੁੱਚੀਆਂ ਸੰਗਤਾਂ ਨੂੰ ਅੱਜ ਪਾਵਨ ਹੋਲੇ ਮਹੱਲੇ ਦੀਆਂ ਲੱਖ ਲੱਖ ਵਧਾਈਆਂ ਜੀ। ਇੰਨੀਆਂ ਕੁ ਬੇਨਤੀਆਂ ਕਰਦਾ ਹੋਇਆ ਦਾਸ ਖਿਮਾ ਦਾ ਜਾਚਕ ਹੈ ਜੀ। ਸੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਪੰਥ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਹੋਲੇ ਮਹੱਲੇ ਦਾ ਪਾਵਨ ਦਿਹਾੜਾ ਮਨਾ ਰਹੀਆਂ ਗੁਰੂ ਕੀਆਂ ਸੰਗਤਾਂ ਨੂੰ ਇੱਕ ਵਾਰ ਫੇਰ ਹੋਲੇ ਮਹੱਲੇ ਦੇ ਪਾਵਨ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ। ਅੱਜ ਦੇ ਇਸ ਗੁਰਮਤਿ ਸਮਾਗਮ ਦੇ ਵਿੱਚ ਆਪ ਜੀ ਸੰਗਤਾਂ ਦੇ ਦਰਮਿਆਨ ਜਿੱਥੇ
ਅਕਾਲ ਇੰਟਰਨੈਸ਼ਨਲ ਢਾਡੀ ਜਥਾ ਬੜੂ ਸਾਹਿਬ, ਜਿੱਥੇ ਕਿ ਕੌਮ ਦੀ ਮਹਾਨ ਪੰਥ ਦੀ ਮਹਾਨ ਸ਼ਖਸੀਅਤ ਸੰਤ ਬਾਬਾ ਇਕਬਾਲ ਸਿੰਘ ਜੀ ਬੜੂ ਸਾਹਿਬ ਵਾਲੇ ਦੇਸ਼ ਵਿਦੇਸ਼ ਦੇ ਵਿੱਚ ਜਿੱਥੇ ਗੁਰਮਤਿ ਦਾ ਪ੍ਰਚਾਰ ਕਰਦੇ ਨੇ, ਵਿੱਦਿਆ ਦੇ ਖੇਤਰ ਦੇ ਵਿੱਚ ਪੂਰੇ ਭਾਰਤ ਦੇ ਵਿੱਚ ਜਿਨ੍ਹਾਂ ਵੱਲੋਂ ਅਕੈਡਮੀਆਂ ਚਲਾਈਆਂ ਹੋਈਆਂ ਨੇ, ਜਿਨ੍ਹਾਂ ਅਕੈਡਮੀਆਂ ਦੇ ਵਿੱਚ ਉਚੇਰੀ ਵਿੱਦਿਆ ਸਾਡੇ ਬੱਚਿਆਂ ਨੂੰ ਪ੍ਰਦਾਨ ਕੀਤੀ ਜਾ ਰਹੀ ਹੈ, ਉੱਥੇ ਨਾਲ ਸਾਡੇ ਬੱਚਿਆਂ ਨੂੰ ਬਾਣੀ ਤੇ ਬਾਣੇ ਦੇ ਨਾਲ ਜੋੜਿਆ ਜਾ ਰਿਹਾ ਹੈ, ਬਹੁਤ ਵੱਡਾ ਮਹਾਨ ਉਪਰਾਲਾ। ਸੋ ਅੱਜ ਦੇ ਇਸ ਸਮਾਗਮ ਦੇ ਵਿੱਚ ਬਾਬੂ ਪ੍ਰਕਾਸ਼ ਚੰਦ ਜੀ ਗਰਗ ਪਹੁੰਚੇ ਨੇ, ਉਹਨਾਂ ਨੇ 2 ਮਿੰਟ ਦੇ ਲਈ ਆਪ ਜੀ ਨੂੰ ਅੱਜ ਦੇ ਇਸ ਹੋਲੇ ਮਹੱਲੇ ਦੇ ਪਾਵਨ ਦਿਹਾੜੇ ਤੇ ਵਧਾਈ ਦੇਣੀ ਹੈ। ਉਹਨਾਂ ਦੇ ਬੋਲਣ ਤੋਂ ਪਹਿਲਾਂ ਮੈਂ ਉਹਨਾਂ ਦਾ ਸਨਮਾਨ ਕਰਨ ਦੇ ਲਈ ਬੇਨਤੀ ਕਰਾਂ ਮਾਣਯੋਗ ਬਾਬਾ ਸੁਖਦੇਵ ਸਿੰਘ ਜੀ ਸਧਾਣਾ ਸਾਹਿਬ ਅਤੇ ਸਰਦਾਰ ਸਤਨਾਮ ਸਿੰਘ ਜੀ ਦਮਦਮੀ, ਬਾਬਾ ਅਵਤਾਰ ਸਿੰਘ ਜੀ ਮੌੜਾ, ਮਾਣਯੋਗ ਭਾਈ ਸਾਹਿਬ ਗੁਰਮੇਲ ਸਿੰਘ ਜੀ ਜਨਮ ਸਥਾਨ ਚੀਮਾ ਸਾਹਿਬ, ਇਹਨਾਂ ਵੱਲੋਂ ਬਾਬੂ ਪ੍ਰਕਾਸ਼ ਚੰਦ ਜੀ ਗਰਗ ਉਹਨਾਂ ਦਾ ਸਤਿਗੁਰਾਂ ਦੀ ਬਖਸ਼ ਦੇ ਨਾਲ ਸਨਮਾਨ। ਬੋਲੇ ਸੋਨਿਹਾ, 2 ਮਿੰਟਾਂ ਦੇ ਲਈ ਹੋਲੇ ਮਹੱਲੇ ਦੇ ਪਾਵਨ ਦਿਹਾੜੇ ਤੇ ਆਪ ਜੀ ਸੰਗਤਾਂ ਨੂੰ ਵਧਾਈ ਦੇਣਗੇ ਬਾਬੂ ਪ੍ਰਕਾਸ਼ ਚੰਦ ਜੀ ਗਰਗ। ਗੁਰਦੁਆਰਾ ਸਧਾਣਾ ਸਾਹਿਬ ਦੇ ਇਸ ਤਪ ਸਥਾਨ ਤੇ ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਜੀ ਨੂੰ ਸਮਰਪਿਤ ਹੋਲੇ ਮਹੱਲੇ ਦੇ ਪਵਿੱਤਰ ਤਿਉਹਾਰ ਦੇ ਮੌਕੇ ਤੇ ਜਿੱਥੇ ਅਸੀਂ ਗੁਰੂ ਜਸ ਦੀ ਚਰਚਾ ਹੋ ਰਹੀ ਹੈ, ਮੈਂ ਤੁਹਾਨੂੰ ਸਾਰਿਆਂ ਨੂੰ ਹੋਲੇ ਦੇ ਪਵਿੱਤਰ ਮੌਕੇ ਤੇ ਲੱਖ ਲੱਖ ਮੁਬਾਰਕਬਾਦ ਪੇਸ਼ ਕਰਦਾ। ਸਤਿਗੁਰਾਂ ਨੇ ਅਪਾਰ ਕਿਰਪਾ ਕੀਤੀ ਹੈ, ਜਦੋਂ ਸਤਿਗੁਰਾਂ ਦੇ ਚਰਨ ਜਾਂ ਸਤਿਗੁਰਾਂ ਦੇ ਦਰਬਾਰ ਵਿੱਚ ਹਾਜ਼ਰੀ ਲਾਉਣ ਦਾ ਮੌਕਾ ਮਿਲਦਾ ਹੈ। ਇਹ ਸਥਾਨ ਉਹ ਤਪੋ ਭੂਮੀ ਹੈ ਜਿੱਥੇ ਕੋਈ ਵੀ ਪ੍ਰਾਣੀ ਜਿਸ ਭਾਵਨਾ ਨੂੰ ਲੈ ਕੇ ਸਤਿਗੁਰਾਂ ਅੱਗੇ ਨਤਮਸਤਕ ਹੁੰਦਾ, ਉਸ ਦੀਆਂ ਮੁਰਾਦਾਂ ਪੂਰੀਆਂ ਹੁੰਦੀਆਂ ਨੇ। ਸੰਤ ਬਾਬਾ ਦਲੀਪ ਸਿੰਘ ਜੀ ਵੱਲੋਂ ਬਹੁਤ ਲੰਬੇ ਸਮੇਂ ਤੋਂ ਇਸ ਦੀ ਸੇਵਾ ਸਾਰੇ ਇਲਾਕੇ ਵਿੱਚ ਕੀਤੀ ਗਈ ਔਰ ਉਹਨਾਂ ਨੇ ਸਿੱਖੀ ਦੇ ਨਾਲ ਜੋੜਨ ਲਈ ਬਹੁਤ ਵੱਡੇ ਉਪਰਾਲੇ ਵੀ ਕੀਤੇ। ਅੱਜ ਇਸ ਸਥਾਨ ਦੀ ਸੇਵਾ ਬਾਬਾ ਸੁਖਦੇਵ ਸਿੰਘ ਜੀ ਸਧਾਣੇ ਵਾਲੇ, ਜਿਨ੍ਹਾਂ ਨੇ ਇਸ ਸਥਾਨ ਦੀ ਸੇਵਾ ਲੰਬੇ ਸਮੇਂ ਤੋਂ ਕਰ ਰਹੇ ਨੇ, ਅੱਜ ਉਹਨਾਂ ਦੇ ਉਪਰਾਲੇ ਸਦਕਾ ਸੰਗਤਾਂ ਦਾ ਸਹਿਯੋਗ ਲੈ ਕੇ ਹੋਲੇ ਮਹੱਲੇ ਦੇ ਪਵਿੱਤਰ ਤਿਉਹਾਰ ਨੂੰ ਅਸੀਂ ਬਹੁਤ ਹੀ ਸ਼ਰਧਾ ਅਤੇ ਸਤਿਕਾਰ ਦੇ ਨਾਲ ਮਨਾ ਰਹੇ ਹਾਂ। ਹੋਲਾ ਮਹੱਲਾ ਜਿਹੜਾ ਹੈ ਇਹ ਚੜ੍ਹਦੀ ਕਲਾ ਦਾ ਪ੍ਰਤੀਕ ਹੈ। ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਜਿਹੜਾ ਹੋਲਾ ਮਹੱਲਾ ਮਨਾਇਆ ਜਾਂਦਾ ਹੈ, ਦੇਸ਼ ਵਿਦੇਸ਼ ਦੇ ਵਿੱਚੋਂ ਲੱਖਾਂ ਸੰਗਤਾਂ ਜਿੱਥੇ ਨਤਮਸਤਕ ਹੁੰਦੀਆਂ ਨੇ, ਉੱਥੇ ਜੋ ਨਿਹੰਗ ਸਿੰਘ ਨੇ ਉਹੀ ਸਾਡਾ ਵਰਸਾਇਆ ਜੋ ਵਿਰਸਾ ਹੈ ਉਸ ਦਾ ਜਿਹੜਾ ਉੱਥੇ ਸਮਾਗਮ ਕਰਦੇ ਨੇ ਔਰ ਉਹ ਵੀ ਉਹਨਾਂ ਇੱਕ ਬਹੁਤ ਹੀ ਮੈਂ ਸਮਝਦਾ ਸਾਡੇ ਸਾਰਿਆਂ ਦੇ ਲਈ ਇੱਕ ਬਹੁਤ ਵਡਭਾਗੇ ਵਾਲੀ ਗੱਲ ਹੈ। ਸੋ ਮੈਂ ਹੋਲੇ ਮਹੱਲੇ ਦੇ ਪਵਿੱਤਰ ਤਿਉਹਾਰ 'ਤੇ ਜਿੱਥੇ ਸਮੁੱਚੀਆਂ ਸੰਗਤਾਂ ਨੂੰ ਮੁਬਾਰਕਬਾਦ ਦਿੰਦਾ, ਜਿਹੜੇ ਸੰਤ ਮਹਾਂਪੁਰਖ ਇਸ ਸਥਾਨ 'ਤੇ ਅੱਜ ਦੇ ਸਮੇਂ ਆਏ ਨੇ ਉਹਨਾਂ ਦਾ ਵੀ ਧੰਨਵਾਦ ਕਰਦਾ ਕਿ ਉਹਨਾਂ ਦੇ ਆਉਣ ਦੇ ਨਾਲ ਇਹ ਜਿਹੜਾ ਤਪ ਸਥਾਨ ਹੈ ਹੋਰ ਵੀ ਪਵਿੱਤਰ ਹੋਇਆ, ਕਿਉਂਕਿ ਅਜਿਹੇ ਜਿਹੜੇ ਸਮਾਗਮ ਨੇ ਇਹ ਵੱਡੇ ਭਾਗਾਂ ਵਾਲਿਆਂ ਨੂੰ ਨਸੀਬ ਹੁੰਦੇ ਨੇ। ਸੋ ਮੈਂ ਅੰਤ ਦੇ ਵਿੱਚ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਹੋਇਆ ਮੁਬਾਰਕਬਾਦ ਦਿੰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਬਹੁਤ ਬਹੁਤ ਧੰਨਵਾਦ ਬਾਬੂ ਪ੍ਰਕਾਸ਼ ਚੰਦ ਜੀ ਗਰਗ ਜਿਨ੍ਹਾਂ ਵੱਲੋਂ ਹੋਲੇ ਮਹੱਲੇ ਦੇ ਪਾਵਨ ਦਿਹਾੜੇ ਦੀ ਆਪ ਜੀ ਨੂੰ ਵਧਾਈ ਦਿੱਤੀ ਗਈ ਹੈ। ਸਰਦਾਰ ਦਰਬਾਰਾ ਸਿੰਘ ਜੀ ਪ੍ਰਧਾਨ ਗੁਰਦੁਆਰਾ ਦੁੱਖ ਭੰਜਨ ਸਾਹਿਬ ਮਗਵਾਲ ਪਹੁੰਚੇ ਨੇ, ਜੀਵਾਂ ਨੂੰ ਧੰਨਵਾਦ। ਸਰਦਾਰ ਹਰਜੀਤ ਸਿੰਘ ਜੀ ਸੀਤ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਪਹੁੰਚੇ ਨੇ, ਜੀਓ ਆਇਆਂ ਨੂੰ ਧੰਨਵਾਦ। ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਕੁਝ ਮਾਨ ਸਨਮਾਨ ਰਹਿੰਦੇ ਨੇ ਬਾਅਦ ਦੇ ਵਿੱਚ ਹੋਣਗੇ, ਆਓ ਹੁਣ ਮੈਂ ਬੇਨਤੀ ਕਰਾਂ ਬੜੇ ਅਦਬ ਤੇ ਸਤਿਕਾਰ ਦੇ ਨਾਲ, ਮਾਣ ਤੇ ਸਤਿਕਾਰਯੋਗ ਕੌਮ ਦੀ ਪੰਥ ਦੀ ਬਹੁਤ ਪਿਆਰੀ ਸ਼ਖਸੀਅਤ, ਮਾਣ ਤੇ ਸਤਿਕਾਰਯੋਗ ਸੰਤ ਬਾਬਾ ਇਕਬਾਲ ਸਿੰਘ ਜੀ ਬੜੂ ਸਾਹਿਬ, ਜਿਨ੍ਹਾਂ ਮਹਾਂਪੁਰਖਾਂ ਵੱਲੋਂ ਵਿੱਦਿਆ ਦੇ ਖੇਤਰ ਦੇ ਵਿੱਚ ਅਹਿਮ ਬੜਮੁੱਲਾ ਯੋਗਦਾਨ, ਦੇਸ਼ ਵਿਦੇਸ਼ ਦੇ ਵਿੱਚ ਜਿਨ੍ਹਾਂ ਵੱਲੋਂ ਗੁਰਮਤਿ ਦਾ ਪ੍ਰਚਾਰ ਤੁਹਾਡੇ ਸਾਹਮਣੇ ਹੈ, ਛੋਟੇ ਛੋਟੇ ਬੱਚੇ ਜਿਨ੍ਹਾਂ ਨੂੰ ਬਾਣੀ ਤੇ ਬਾਣੀ ਦੀ ਦਾਤ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਆਪ ਜੀ ਸੰਗਤਾਂ ਦੇ ਦਰਮਿਆਨ 12 ਵਜੇ ਤੱਕ ਅਕਾਲ ਇੰਟਰਨੈਸ਼ਨਲ ਢਾਡੀ ਜਥਾ ਬੜੂ ਸਾਹਿਬ ਅਕਾਲ ਅਕੈਡਮੀ ਦੀਆਂ ਇਹਨਾਂ ਬੱਚੀਆਂ ਵੱਲੋਂ ਆਪ ਜੀ ਸੰਗਤਾਂ ਦੇ ਦਰਮਿਆਨ ਗੁਰ ਇਤਿਹਾਸ ਢਾਡੀ 12 ਆਪ ਜੀ ਨੂੰ ਸਰਵਣ ਕਰਵਾਈਆਂ ਜਾਣੀਆਂ ਨੇ, ਤੇ ਸਹੀ 12 ਵਜੇ ਗੁਲਾਮ ਹੈਦਰ ਕਾਦਰੀ ਜੀ